हाँ किथे रहंदे हो तुसी इस टाइम? इंग्लैंड भी रहने भी रहने अपना जमीन घर फसल बंदा कौन है मालिक कोई फैसला नहीं होया ने कोर्ट च केस चलना साडा इंतकाल की देना मैं टोटल मतलब 14 किलो हो गए। 14 किलो है जी। हां जी तो ये कितने ते बिजाई कर रहे हैं ठेके ते? 14 किलो ए ए ए 14 दी। हां जी मतलब कुड़म कहंदे कि मैं करांगा एक कहना। हां जी वो बिजी बढ़ रहे एक पंच जी जी मतलब बिजी तो बढ़ को बढ़ रहे बेटे नु अगर ला लिया ठीक। हां जी पुलिस ने की कार्रवाई करी? थोड़ी शिकायत करी तुसी पुलिस नु? पुलिस नहीं कर रही ओने छोटे मुंडे ने अपने पियो नु ले जा के शराब शरूबा के नशा दे के क्यों वो समांगला रहा। मैं ये तो नहीं कहती भी मेरा मुंडा मुंडा जरूर आ पर वो गलत है उस ओदी जनानी ये जेडे कौड़मे आ मेरे एक गंदे बंदे आ ये समांगला रहा है। किथे 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 रहने वाले ये कालगढ़ नाम से क्या है? हां जी ਇਹ ਕੀ ਮੈਟਰ ਜਿਹੜਾ ਧਰਨਾ ਲਾਣਾ ਪਿਆ ਇਹ ਜ਼ਮੀਨ ਕੀ ਦੀ ਹੈ ਇਸ ਇੰਤਕਾਲ ਕੀ ਦੇ ਨਾਮ ਹੈ ਸਰ ਦੱਸੋ ਸਰ ਮੇਨ ਗੱਲ ਤਾਂ ਇਹ ਹੈ ਅਮਰਜੀਤ ਸਿੰਘ 20-25 ਸਾਲ ਤੋਂ ਜ਼ਮੀਨ ਪਾ ਰਿਹਾ ਹੈ ਠੇਕੇ ਵੀ ਲੈ ਕੇ ਠੇਕੇ ਤੇ ਲੈ ਕੇ ਇਹਨੂੰ ਇਸ ਨੂੰ ਦੰਦਿਆ ਰਹੇ ਨੇ ਮਾਤਾ ਜੀ ਨੇ ਜਿਹੜੇ ਨਾਰਾਈ ਪਰਿਵਾਰ ਹੈ ਉਹਨਾਂ ਦੀ ਇਹ ਜ਼ਮੀਨ ਹੈ 14 ਕੀਲੇ 4 ਕੀਲੇ ਇੱਕ ਬੇਟੇ ਦਾ ਨਾਮ ਪਰਮਵੀਰ ਹੈ ਇੱਕ ਦਾ ਨਾਮ ਹੈ ਗੁਲਜ਼ਾਰ ਸਿੰਘ 4-4 ਕੀਲੇ ਦੋ ਦਿਨ ਉਹਨੂੰ 9 ਤੇ ਪਹਿਲਾਂ 6 ਕਿਲੋ ਉਹਨਾਂ ਦੇ ਫਾਦਰ ਸਾਹਿਬ ਦੇ ਨਾਂ ਉੱਤੇ ਜਿਹੜੀ ਉਹਨਾਂ ਦੇ ਫਾਦਰ ਸਾਹਿਬ ਦੀ ਜ਼ਮੀਨ ਹੈ ਉਹ ਉਹਨਾਂ ਨੇ ਇੱਕ ਬੇਟੇ ਦੇ ਨਾਂ ਕਰਾਤੀ ਆਪਣੇ ਪਰਿਵਾਰ ਦਾ ਡਿਸਪਿਊਟ ਹੋ ਗਿਆ ਮਤਲਬ ਠੇਕੇ ਤੋਂ ਉਹੀ ਪਰਿਵਾਰ ਬਾਰੇ ਦਾ ਪਹਿਲਾਂ ਵਾਰ ਰਿਹਾ ਸੀ ਨਹੀਂ ਜਿਹੜੀ ਜਿਹੜੀ ਮਾਤਾ ਹੈ ਮਾਤਾ ਦੇ ਨਾਮ ਪਾਵਰ ਟਰਨੀ ਹੈ ਮਾਤਾ ਜੀ ਕੋਲ ਰਜਿਸਟਰੀ ਕਿਹਦੇ ਨਾਮ ਹੈ ਰਜਿਸਟਰੀ ਉਹਦੇ ਬੇਟਿਆਂ ਦੇ ਨਾਮ ਹੈ ਜੀ ਇੰਤਕਾਲ ਕਿਹਦੇ ਨਾਮ ਛੜਿਆ ਹੋਇਆ चलो हुण मैटर की तोड़ा कहना मतलब देखी जाऊगी भी ओने पाली जी दी स्प्रे करी है ਠੇਕਾ ਵੀ ਦਿੱਤਾ ਹੋਇਆ ਉਹਦਾ ਉਹਨੂੰ ਵੱਢਣ ਗਏ ਉਹਨੂੰ ਵੱਢਣ ਦਾ ਦਿੱਤੀ ਜਾਵੇ ਹੁਣ ਕੌਣ ਵੱਢ ਰਿਹਾ ਕੋਈ ਹੋਰ ਬੰਦਾ ਵੱਢ ਰਿਹਾ ਹੋਰ ਬੰਦਾ ਵੱਢ ਰਿਹਾ ਦੂਜੇ ਵੱਢ ਰਿਹਾ ਇਹ ਇਤਰਾਜ਼ ਮੇਨ ਇਤਰਾਜ਼ ਤੁਹਾਡਾ ਹੈ ਮੇਨ ਇਤਰਾਜ਼ ਸਾਡਾ ਹੈ ਸਿੰਘ ਜੀ ਜਿਹੜੇ ਕਿਸਾਨਾਂ ਵੱਲੋਂ ਧਰਨਾ ਲਾਇਆ ਹੈ ਸਰਾਏ ਪੱਤੇ ਕੋਈ ਜ਼ਮੀਨ ਹੈ ਕਿੰਨੀ ਜ਼ਮੀਨ ਰੋਲਾ ਹੈ ਕੀ ਇੰਤਕਾਲ ਕੀ ਦੇ ਨਾਮ ਹੈ ਰਜਿਸਟਰੀ ਕੀ ਦੇ ਨਾਮ ਹੈ ਸਾਰਾ ਕੀ ਮੈਟਰ ਹੈ ਇਹਦਾ ਜੀ ਮੈਂ ਜੇ ਕੋਈ ਚੈੱਕ ਨਹੀਂ ਕੀਤਾ ਇਹਦੇ ਬਾਰੇ ਇਹਦੀ ਕੰਪਲੇਂਟ ਆਈ ਸੀ ਮਹਿੰਦਰ ਕੌਰ ਪਤਨੀ ਸ਼ਿਵ ਸਿੰਘ ਵਾਸੀ ਸਮਾਣਾ ਵੱਲੋਂ ਜੀ ਤੇ ਅਮਰਜੀਤ ਸਿੰਘ ਵੱਲੋਂ ਜੀ ਇਹ ਕਹਿੰਦੇ ਵੀ ਸਾਡੇ ਜ਼ਬਾਨੀ ਤੌਰ 'ਤੇ ਦੱਸ ਰਹੇ ਵੀ ਸਾਡੀ 11-14 ਕਿਲੋ ਜ਼ਮੀਨ ਜੀਰੀ ਲੱਗੀ ਸੀ ਅਤੇ ਕੋਈ ਹੋਰ ਇੱਕ ਮਤਲਬ ਕਿ ਦੂਸਰੀ ਧਿਰ ਵੱਟ ਰਹੀ ਸੀ ਅਤੇ ਇਹਨਾਂ ਕੰਪਲੇਂਟ 'ਚ ਇਹ ਲਿਖਾਇਆ ਸੀ ਵੀ ਇਹਦੇ ਸੰਬੰਧੀ ਸਾਡਾ ਮਾਣਯੋਗ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਜੀ ਜੀ ਅਤੇ ਮੈਂ ਦੂਸਰੀ ਪਾਰਟੀ ਨਾਲ ਗੱਲ ਕੀਤੀ ਵੀ ਰੋਕ ਦਿਉ ਉਹ ਕਹਿੰਦੇ ਰੋਕ ਦਿੰਦੇ ਹਾਂ ਅਤੇ ਮੈਂ ਤੁਸੀਂ ਆ ਜਾਓ ਇੱਥੇ ਥਾਣੇ ਬਹਿ ਕੇ ਜੋ ਵੀ ਹੈਗਾ ਮਸਲਾ ਆਪਣੇ ਡਾਕੂਮੈਂਟ ਚੈੱਕ ਕਰਾਓ ਜੋ ਵੀ ਤੁਹਾਡੇ ਮਾਣਯੋਗ ਅਦਾਲਤ ਦੇ ਤੁਹਾਡੇ ਕੋਲ ਡਾਕੂਮੈਂਟ ਨੇ ਕਾਗਜ਼ ਪੱਤਰ ਇਹਨਾਂ ਕੋਲ ਤੁਸੀਂ ਚੈੱਕ ਕਰਾਓ ਇੰਨੀ ਗੱਲ ਤੋਂ ਉਹਨਾਂ ਨੂੰ ਬੁਲਾਇਆ ਸੀ ਜੀ ਅਤੇ ਉਹ ਵੀ ਆ ਰਹੇ ਨੇ ਜੀ ਉਹਨਾਂ ਰੋਕ ਦਿੱਤੀ ਸੀ ਜੀ ਜੀਰੀ ਵੱਢਣੀ ਪਰ ਇਹਨਾਂ ਨੇ ਧਰਨਾ ਲਾ ਦਿੱਤਾ ਜੀ ਜੀਰੀ ਵੱਢਣੀ ਰੋਕਤੀ ਹੁਣ ਤੁਸੀਂ ਹਾਂ ਜੀ ਰੋਕ ਰੁਕਵਾਤੀ ਹੈ ਕਿੰਨੀ ਜ਼ਮੀਨ ਜੀਰੀ ਵੱਢ ਲਈ ਸੀ ਉਹਨਾਂ ਨੇ
ਨਹੀਂ ਅਜੇ ਤੇ ਆਏ ਸੀ ਮੇਰੇ ਕੋਲ। ਅੱਛਾ ਆਏ ਸੀ। ਹਾਂਜੀ ਜਦੋਂ ਆਏ ਸੀ ਮੈਂ ਉਹਨਾਂ ਨਾਲ ਇਹਨਾਂ ਤੋਂ ਫੋਨ ਲੈ ਕੇ ਨਾਲ ਦੀ ਨਾਲ ਗੱਲ ਕਰਦੀ ਜੀ ਉਹ ਕਹਿੰਦੇ ਠੀਕ ਹੈ ਜੀ ਅਸੀਂ ਆ ਰਹੇ ਹਾਂ ਅਤੇ ਉਹ ਅਸੀਂ ਵੀ ਨਹੀਂ ਜੀ ਵੜਦੇ ਵੀ ਜੋ ਸਾਡੇ ਕੋਲ ਵੀ ਹੈਗੇ ਨੇ ਅਦਾਲਤ ਦੇ ਮਾਣਯੋਗ ਅਦਾਲਤ ਦੇ ਕਾਗਜ਼ ਪੱਤਰ ਹੈਗੇ ਨੇ ਇੰਨਾ ਇਹ ਵੀ ਕਹਿੰਦੇ ਮੈਂ ਦਿਖਾਓ ਇਹਨਾਂ ਨੂੰ ਕੰਪਲੇਂਟ 'ਚ ਲਿਖਾਇਆ ਜੀ ਪਰ ਇਹਨਾਂ ਦੇ ਆਉਣ ਤੋਂ ਪਹਿਲੀ ਧਰਨਾ ਲਾਤਾ ਜੀ। ਠੀਕ।